ਪਿੰਡ ਹੈ ਜੀ ਮੁੱਲਾਂਪੁਰ ਸੋਢੀਆਂ, ਨੇੜੇ ਕੁਰਾਲੀ, ਜ਼ਿਲ੍ਹਾ ਮੋਹਾਲੀ। ਇੱਥੇ ਅੱਡੇ 'ਤੇ ਹੀ ਕੁਝ ਬਜ਼ੁਰਗ ਬੈਠੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ, ਕਿਆ ਹਾਲ ਚਾਲ? ਠੀਕ ਹੈ ਜੀ, ਵਧੀਆ। ਠੀਕ ਠਾਕ ਹੋ? ਕਿਆ ਬਣਦਾ? ਅੱਛਾ, ਪੈਨਸ਼ਨ ਮਿਲ ਜਾਂਦੀ, ਖਰਚ ਚਲੀ ਜਾਂਦਾ, ਕੋਈ ਘਰ ਦੇ ਆਉਂਦੇ ਰਹਿੰਦੇ, ਕੋਈ ਆਪਣੇ ਕਰ ਲੈਂਦੇ, ਬਾਕੀ ਕੰਮ ਕੋਈ ਹੁਣ ਬੁਰੇ ਹੋ ਗਏ ਹੁੰਦਾ ਨਹੀਂ। ਸਾਡੇ ਕਿੰਨੀ ਉਮਰ ਹੋ ਗਈ? ਉਮਰ ਮੇਰਾ 86ਵਾਂ ਸਾਲ ਸ਼ੁਰੂ ਹੈ। ਅੱਛਾ, 86ਵਾਂ ਸਾਲ ਸ਼ੁਰੂ ਆ। ਕਿਆ ਨਾਂ? ਕਿਆ? ਹਰਚੰਦ ਸਿੰਘ। ਹਰਚੰਦ ਸਿੰਘ, ਕਿਹੜੇ ਮਹਿਕਮੇ 'ਚ ਰਿਟਾਇਰ ਹੋਏ? ਆਰਟਿਲਰੀ ਤੋਪਖਾਨੇ ਵਿੱਚ। ਹੈ? ਆਰਟਿਲਰੀ। ਆਰਟਿਲਰੀ 'ਚ, ਤੋਪਖਾਨੇ 'ਚ? ਅੱਛਾ, ਫਿਰ ਤਾਂ ਤੁਸੀਂ ਫੌਜੀ ਹੈ। ਇਸੇ ਪਿੰਡ ਦੇ ਸ਼ੁਰੂ ਤੇ? ਤੁਸੀਂ ਕਹਿੰਦੇ ਤੇ ਗੱਲਾਂ ਕਰ ਰਹੇ ਆ ਆਪਣੀਆਂ ਹੱਡ ਬੀਤੀਆਂ, ਕਿਹੋ ਜਿਹਾ ਸਮਾਂ, ਕਿਆ ਕਿਆ ਦੇਖਿਆ? ਅਸੀਂ ਸਮਾਂ ਗਰੀਬੀ ਤੋਂ ਲੈ ਕੇ ਅਮੀਰੀ ਤੱਕ ਚੰਗੇ ਦਿਨ ਵੀ ਦੇਖੇ, ਮਾੜੇ ਵੀ ਦੇਖੇ। ਅੱਛਾ, ਲੜਾਈਆਂ ਵੀ ਦੋ ਲੜੀਆਂ। ਕਿਹੜੀ ਕਿਹੜੀ? ਸਾਨੂੰ 65 ਦੀ 71 ਦੀ 65 ਦੀ ਅਤੇ 71 ਦੀ ਲੜਾਈ ਵੀ ਲੜੀ। ਗਰੀਬੀ ਤੋਂ ਲੈ ਕੇ ਤੁਸੀਂ ਕਿਹਾ, ਗਰੀਬੀ ਕਿਹੜੇ ਵੇਲੇ ਸੀ? ਗਰੀਬੀ ਸੀ ਬਚਪਨ ਵਿੱਚ। ਅੱਛਾ, ਸਾਡਾ ਜਿਹੜਾ ਬਾਪ ਦਾ ਉਹ ਨਿਆਣੇ ਹੁੰਦੇ ਨਾ ਮਰ ਗਿਆ। ਅੱਛਾ, ਕਿੰਨੀ ਉਮਰ ਸੀ ਜਦ ਤੁਹਾਡੀ? ਜਦ ਮੇਰੀ ਉਮਰ ਤਕਰੀਬਨ 6-7 ਸਾਲ। ਅੱਛਾ, ਬਸ ਫਿਰ ਉਹਦੇ ਬਾਅਦ ਇੱਕ ਭਰਾ ਤਾ ਜਿਹੜਾ ਫੌਜ ਵਿੱਚ ਨੌਕਰੀ ਕਰਦਾ, ਹਾਂ ਉਹਦੀ ਕਮਾਈ ਸੀ, ਫਿਰ ਫੌਜ ਦੀ ਕਮਾਈ। ਫੌਜ ਘਰਾਂ ਖੇਤੀ ਕਰਨ ਵਾਲਾ ਆਦਮੀ ਕੋਈ ਨਹੀਂ, ਸਭ ਪਰਿਵਾਰ ਛੋਟਾ ਤਾ। ਫਿਰ ਜਦ ਹੌਲੀ ਹੌਲੀ ਬੜੇ ਹੁੰਦੇ ਗਏ, ਪੜ੍ਹੀ ਗਏ, ਪੜ੍ਹਨ ਲੱਗ ਗਏ। ਨਹੀਂ, ਉਹ ਜਿਹੜੀ ਗਰੀਬੀ ਦੀ ਤੁਸੀਂ ਗੱਲ ਦੱਸੀ, ਕਿਸ ਤਰ੍ਹਾਂ ਦੀ ਗਰੀਬੀ ਸੀ? ਗਰੀਬੀ ਪੈਸੇ ਦੀ, ਮਤਲਬ ਉਹ ਤੁਹਾਨੂੰ ਯਾਦ ਹੈ, ਉਹ ਹਾਲਾਤ ਯਾਦ ਹੈ? ਯਾਦ ਪੂਰੇ। ਪੈਸੇ ਦੇ ਸਾਧਨ ਕੋਈ ਨਹੀਂ ਤਾ, ਨਾ ਤਾਂ ਖੇਤੀ ਦੀ ਕੋਈ ਫਸਲ ਹੁੰਦੀ ਸੀ, ਨਾ ਕਰਨ ਵਾਲੇ ਨਹੀਂ ਤਾ, ਫਿਰ ਹੋਰ ਕੋਈ ਸਾਧਨ ਨਹੀਂ ਤਾ। ਜਦ ਦੁੱਧ ਦੁੱਧ ਵੀ ਘੱਟ ਵੇਚਦੇ ਹੁੰਦੇ, ਕੋਈ ਵੇਚਦਾ ਨਹੀਂ ਤਾ ਦੁੱਧ। ਅੱਛਾ, ਜਦ ਅਸੀਂ ਸੋਚਦੇ ਵੀ ਦੁੱਧ ਵੇਚਤਾ, ਪੁੱਤਰ ਵੇਚਤਾ। ਅੱਛਾ, ਉਹਦੇ ਬਾਅਦ ਫਿਰ ਮਾਤਾ ਤੁਹਾਡੀ? ਮਾਤਾ ਸੀ ਉਹ। ਫਿਰ ਰੋਟੀ ਪਾਣੀ ਜਿੱਥੇ ਪੱਕਦਾ ਸੀ, ਉਹ ਵਿਹੜਾ ਕਿੱਦਾਂ ਦਾ, ਕਿਆ ਸੀਨ ਸੀ, ਮੈਨੂੰ ਸਮਝਾਓ ਜ਼ਰਾ ਦੱਸ ਕੇ। ਵਿਹੜਾ ਮੂਹਰੇ ਵਿਹੜਾ ਤਾਂ ਐਸਾ ਨੂੰ ਦਰਵਾਜ਼ਾ ਤਾਂ, ਫਿਰ ਸ਼ੈੱਡ ਲਗਾ ਦਿੰਦੇ ਤੇ ਦਰਵਾਜ਼ਾ ਕਾਹਦਾ ਤਾ? ਲੱਕੜੀ ਦੇ। ਲੱਕੜੀ ਦਾ ਦਰਵਾਜ਼ਾ, ਲੱਕੜੀ ਹੁੰਦੀ ਜ਼ਿਆਦਾ, ਲੋਹੇ ਲੂਹੇ ਨਹੀਂ ਦਿੰਦੇ। ਅੱਛਾ, ਬਸ ਫਿਰ ਇੱਧਰ ਸ਼ੈੱਡ ਲਗਾ ਦਿੰਦੇ, ਪਿੱਛੇ ਫਿਰ ਇੱਕ ਕੋਠੜੀ। ਅੱਛਾ, ਰਹਿਸ਼ ਵਾਸਤੇ। ਅੱਛਾ, ਇੱਧਰ ਇੱਕ ਬਨੈਂਡਾ ਹੁੰਦਾ ਸੀ ਸਿਆਲੇ ਵਿੱਚ, ਬਰਸਾਤ ਵਿੱਚ ਰੋਟੀ ਰੁਕਣ ਵਾਸਤੇ, ਇੱਧਰ ਨਾਲੇ ਲੱਗਦਾ ਤੂੜੀ ਤਾਂ ਡੰਗਰਾਂ ਨੂੰ। ਅੱਛਾ, ਫਿਰ ਡੰਗਰਾਂ ਦਾ ਬੂਹੇ ਥੋੜਾ, ਉਹ ਫਿਰ ਹੌਲੀ ਹੌਲੀ ਪੜ੍ਹਦੇ ਚਲੇ ਗਏ। ਵਿੱਚ ਮੇਰੇ ਭਾਈ ਨੇ 10ਵੀਂ ਪਾਸ ਕਰ ਲਈ, ਉਹਦੇ ਬਾਅਦ ਫਿਰ ਉਹ ਚੰਡੀਗੜ੍ਹ ਸਰਵਿਸ ਮਿਲ ਗਈ ਉਹਨੂੰ। ਉਹ ਜਿਹੜਾ ਤੁਸੀਂ ਦੱਸਿਆ ਵੀ ਗਰੀਬੀ ਸੀਗੀ, ਅਤੇ ਖਾਣ ਪੀਣ ਨੂੰ? ਖਾਣ ਪੀਣ ਨੂੰ ਬਹੁਤ ਕੁਛ ਵਾ। ਅੱਛਾ, ਗਰੀਬੀ ਕਾਹਦੀ ਸੀ ਫਿਰ? ਪੈਸੇ ਦੀ ਪੈਸਾ ਨਹੀਂ ਸੀ ਹੈਗਾ, ਕਿਉਂ ਉਸ ਟਾਈਮ ਦੇ ਦੁੱਧ ਘੀ ਸ਼ੱਕਰ ਵਗੈਰਾ ਸਭ ਘਰਦੇ ਹੁੰਦੇ ਤੇ, ਇਹ ਘਰਦੇ ਹੁੰਦੇ ਤੇ ਘਰਦੇ ਉਹੀ ਖਾਂਦੇ, ਉਹੀ ਖੁਰਾਕ ਤਾ ਉਸ ਟਾਈਮ ਦੇ ਵਿੱਚ। ਜਿਹੜੇ ਨਸ਼ੇ ਨੁਸ਼ੇ ਨਾ, ਇਹਨਾਂ ਦਾ ਰਿਵਾਜ਼ ਨਹੀਂ ਤਾ।
ਅੱਛਾ ਸਾਰਾ ਰੂਟੀਨ ਸੀ ਜਦ ਅਸੀਂ ਪੜ੍ਹਦੇ ਪਏ ਕਰਾਲੀ ਹਾਂ ਇੱਕ ਦਿਨ ਮਿੱਠੇ ਪਰੌਂਠੇ ਇੱਕ ਦਿਨ ਮਿੱਠੇ ਪਰੌਂਠੇ ਮਿੱਠੇ ਪਰੌਂਠੇ ਅੱਛਾ ਦੂਏ ਦਿਨ ਨਮਕੀਨ ਪਰੌਂਠੇ ਅੱਛਾ ਇੱਕ ਦਿਨ ਮਿੱਠੇ ਇੱਕ ਦਿਨ ਨਮਕੀਨ ਉਹ ਮਿੱਠੇ ਪਰੌਂਠੇ 'ਚ ਕਿਆ ਪਾਉਂਦੇ ਤੇ ਸ਼ੱਕਰ ਅੱਛਾ ਆਟੇ 'ਚ ਸ਼ੱਕਰ ਪਾ ਕੇ ਉਹਨੂੰ ਬਣਾ ਲੈਂਦੇ ਤੇ ਪਰੌਂਠਾ ਬਣਾ ਲੈਂਦੇ ਤੇ ਘਿਓ ਵਾਲਾ ਹਾਂ ਘਿਓ ਵਾਲਾ ਅੱਛਾ ਫਿਰ ਉਸਦੇ ਬਾਅਦ ਤੀਜੇ ਦਿਨ ਚੂਰੀ ਚੂਰੀ ਪਹਿਲੇ ਦਿਨ ਮਿੱਠੇ ਪਰੌਂਠੇ ਦੂਏ ਦਿਨ ਨਮਕੀਨ ਨਮਕੀਨ ਤੀਜੇ ਦਿਨ ਚੂਰੀ ਅੱਛਾ ਇਹ ਖਰਾ ਕੱਪੜਾ ਦੀਰਾ ਹੁੰਦਾ ਸਾਦਾ ਜਦ ਅਸੀਂ ਅੱਠਵੀਂ ਦੇ ਕੱਪੜੇ ਹਾਂ ਕੱਛੇ ਨਾਲ ਪੜ੍ਹਦੇ ਜਾਂਦੇ ਨੇ ਕੱਛੇ ਨਾਲ ਹੀ ਪੜ੍ਹਨ ਜਾਂਦੇ ਨੌਵੀਂ ਵੀ ਜਾ ਕੇ ਪੜ੍ਹਨਾ ਸ਼ੁਰੂ ਕਰਿਆ ਅੱਛਾ ਅਤੇ ਥੱਲੇ ਪੈਰਾਂ 'ਚ ਚੱਪਲੀਆਂ ਚੱਪਲੀਆਂ ਚੁੱਪਦੀਆਂ ਕਦੇ ਮਿਲ ਗਈਆਂ ਪਾਲੀਆਂ ਚੱਪਲੀਆਂ ਹੁੰਦੀਆਂ ਹੀ ਨਹੀਂ ਸੀ ਜ਼ਿਆਦਾ ਅੱਛਾ ਜੁੱਤੀਆਂ ਹੀ ਹੁੰਦੀਆਂ ਸੀ ਜੁੱਤੀ ਕਦੇ ਵਿੱਚ ਮਹੀਨਾ ਦੋ ਮਹੀਨੇ ਟੁੱਟ ਵੀ ਜਾਂਦੀ ਅਤੇ ਨੰਗੇ ਪੈਰੀ ਵੀ ਜਾਂਦੇ ਰਹੇ ਸਕੂਲ ਅਤੇ ਉਹ ਝੋਲਾ ਲੈ ਕੇ ਜਾਂਦੇ ਅਤੇ ਕਿਆ ਲੈ ਕੇ ਜਾਂਦੇ ਉਹਦੇ ਵਿੱਚ ਕਿਆ ਕਿਆ ਹੁੰਦਾ ਝੋਲੇ 'ਚ ਝੋਲੇ ਵਿੱਚ ਕਿਤਾਬਾਂ ਕਾਪੀਆਂ ਕਿਤਾਬਾਂ ਕਾਪੀਆਂ ਅਤੇ ਫੱਟੀ ਵੀ ਨਹੀਂ ਫੱਟੀ ਪ੍ਰਾਇਮਰੀ ਜਮਾਤ ਤੱਕ ਦੀ ਚਾਰ ਜਮਾਤਾਂ ਤੱਕ ਅੱਛਾ ਅਤੇ ਫਿਰ ਬਾਅਦ ਫਿਰ ਫੱਟੀ ਖਤਮ ਹੋ ਜਾਂਦੀ ਅੱਛਾ ਚੌਥੀ ਤੱਕ ਫੱਟੀ ਲਿਖੀ ਹੈ ਕਿਹੜੇ ਸਕੂਲ ਪੜ੍ਹਦੇ ਤੇ ਪਹਿਲਾਂ ਖਾਲਸਾ ਹਾਈ ਸਕੂਲ ਕਰਾਲੀ ਅੱਛਾ ਖਾਲਸਾ ਹਾਈ ਸਕੂਲ ਕਰਾਲੀ 'ਚ ਪੜ੍ਹਦੇ ਰਹੇ ਅੱਛਾ ਗਰੀਬੀ ਦਾ ਸਮਾਂ ਫਿਰ ਨਿਕਲ ਗਿਆ ਹੌਲੀ ਹੌਲੀ ਬਸ ਫਿਰ ਦੂਏ ਭਾਈ ਦੀ ਹੋ ਗਈ ਆਮਦਨ ਹੋ ਗਈ ਹਾਂ ਫਿਰ ਜਿਹੜਾ ਉੱਧਰ ਬੜਾ ਭਾਈ ਤਾਂ ਉਹ ਖੇਤੀ ਦੇ ਹੱਥ ਬਚਾਉਣ ਲੱਗ ਗਿਆ ਅੱਛਾ ਫਿਰ ਜ਼ਮੀਨ ਆਪਣੀ ਸੋਹਣੀ ਵਧੀਆ ਸੀ ਜ਼ਮੀਨ ਪਹਿਲੇ ਹੈਗੀ ਤੀ ਹਾਂ ਪਹਿਲੇ ਅੱਛਾ ਜ਼ਮੀਨ ਜਗ੍ਹਾ ਅਤੇ ਪਸ਼ੂ ਲਵੇਰੇ ਇਹਦੀ ਦਿੱਕਤ ਨਹੀਂ ਸੀ ਪੈਸਾ ਨਹੀਂ ਸੀ ਪੈਸਾ ਨਹੀਂ ਪੈਸਾ ਹੁੰਦੇ ਨਹੀਂ ਤਾਂ ਜਦ ਲੋਕਾਂ ਕੋਲ ਨਾ ਬਹੁਤ ਘੱਟ ਲੋਕਾਂ ਕੋਲ ਪੈਸਾ ਹੁੰਦਾ ਜਿਸ ਤਾਂ 200-400 ਰੁਪਈਆ ਵਸੀਰ ਸ਼ਾਹੂਕਾਰ ਕਹਿੰਦੇ ਤੇ ਅੱਛਾ ਫਿਰ ਦਸਵੀਂ ਵਿੱਚ ਪੜ੍ਹਦਾ ਪੜ੍ਹਦਾ ਮੈਂ ਭਰਤੀ ਹੋ ਗਿਆ ਦਸਵੀਂ ਪੜ੍ਹਦੇ ਪੜ੍ਹਦੇ ਭਰਤੀ ਹੋ ਗਏ ਕਿੱਥੇ ਲੱਗੀ ਪੋਸਟਿੰਗ ਪੋਸਟਿੰਗ ਮਹਾਰਾਸ਼ਟਰ ਨਾਸਕ ਨਾਸਕ ਅੱਛਾ ਅੱਛਾ 47 ਤੇ ਜਦੋਂ ਰੌਲੇ ਹੋਏ ਹੱਲੇ ਹੋਏ ਉਦੋਂ ਤੁਹਾਨੂੰ ਸੋਝੀ ਮਾੜੀ ਮੋਟੀ ਹੈ ਜਦ ਅਸੀਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗ ਗਏ ਅੱਛਾ ਸਾਹਿਬ ਨੇ ਅੱਛਾ ਉਸ ਟਾਈਮ ਦੇ ਵਿੱਚ ਲੋਕ ਪੜ੍ਹਾਈ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੇ ਖੇਤੀ ਵਿੱਚ ਕੰਮ ਲਾ ਲੈਣਾ ਹੋਰ ਕਿਸੇ ਦਾ ਕੰਮ ਹੈ ਹੋਰ ਉੱਥੇ ਲਾ ਲੈਣਾ ਫਿਰ ਮਾਸਟਰ ਕਹੇ ਕਰਦੇ ਤੇ ਬਈ ਕਿਸੇ ਮੁੰਡਾ ਕੋਈ ਹੋਰ ਲਿਆਓ ਇੱਥੇ ਦਾ ਇੱਕ ਬਾਅਦ ਵਿੱਚ ਤਾਂ ਪਟਵਾਰੀ ਚੰਨ ਕੋਲ ਰਿਟਾਇਰ ਹੋਇਆ ਅੱਛਾ ਪਤਾ ਨਹੀਂ ਉਮਰ ਵੀ ਮੈਂ ਤਾਂ ਛੋਟਾ ਹੀ ਹੋ ਗਿਆ ਉਹ ਫਿਰ ਸਾਨੂੰ ਦੋ ਜਣੇ ਨੂੰ ਦੇ ਗਿਆ ਇੱਕ ਸਖਾਣਾ ਦਾ ਮੁੰਡਾ ਇੱਕ ਮੈਂ ਦਾ ਅੱਛਾ ਉਹ ਫਿਰ ਅਸੀਂ 5-6 ਦਿਨ ਪੜ੍ਹਨ ਗਏ ਹਾਂ 5-6 ਦਿਨ ਦੇ ਬਾਅਦ ਇੱਕ ਮਾਨਕਪੁਰ ਪੈਂਦਾ ਉੱਪਰ ਹਾਂ ਮਾਨਕਪੁਰ ਸ਼ਰੀਫ ਹਾਂ ਮਾਨਕਪੁਰ ਸ਼ਰੀਫ ਉੱਥੇ ਦਾ ਮਾਸਟਰ ਹੁੰਦਾ ਤਾ ਅਬਦੁਲ ਗਨੀ ਅਬਦੁਲ ਗਨੀ ਹਾਂ ਅੱਛਾ ਤਾਂ ਉਹਨਾਂ ਦਾ ਸਾਨੂੰ ਕਿਹਾ ਬਈ ਕੱਲ੍ਹ ਨੂੰ ਪੜ੍ਹਨ ਆਇਓ ਕੱਲ੍ਹ ਨੂੰ ਪੜ੍ਹਨ ਨਾ ਆਇਓ ਹਾਂ ਅੱਛਾ ਬਈ ਜਦ ਅਸੀਂ ਸਕੂਲ ਬੰਦ ਕਰਦੇ ਨੇ ਜਦ ਸਕੂਲ ਖੋਲੂੰਗੇ ਫਿਰ ਤੁਹਾਨੂੰ ਬੁਲਾਉਂਗੇ ਅੱਛਾ ਜਦ ਹੱਲਿਆਂ ਦਾ ਰੌਲਾ ਹੋ ਗਿਆ ਤਾਂ ਹਾਂ ਸ਼ੁਰੂ ਹੋਣੇ ਅਬਦੁਲ ਗਨੀ ਨੇ ਕਿਹਾ ਤੁਹਾਨੂੰ ਮਾਸ਼ਾ ਅਬਦੁਲ ਗਨੀ ਉਹ ਯਾਦ ਹੈ ਤੁਹਾਨੂੰ ਉਹਦੀ ਸ਼ਕਲ ਹਾਂ ਬਿਲਕੁਲ ਚਿੱਟੇ ਕੱਪੜੇ ਪਹਿਨਦਾ ਤਾਂ ਧੋਤੀ ਲਾਉਂਦਾ ਤਾ ਉਹ ਅੱਛਾ ਬਹੁਤ ਸੁਨੇਖਾ 6 ਫੁੱਟ ਜਵਾਨ ਹੋਣਾ ਸੁਨੇਖਾ ਬਹੁਤ ਅੱਛਾ ਮੈਂ ਫਿਰ ਦੂਏ ਦਿਨ ਅਸੀਂ ਗਏ ਨਹੀਂ ਇਹ ਤਾਂ ਕਹਿ ਰਹੇ ਫਿਰ ਹੱਲੇ ਪੈ ਗਏ ਹੱਲਿਆਂ ਦੇ ਬਾਅਦ ਫਿਰ ਅਸੀਂ ਨਹੀਂ ਪਤਾ ਬਈ ਸਾਲ ਬਾਅਦ ਲੱਗੇ 5-6 ਮਹੀਨੇ ਬਾਅਦ ਲੱਗੇ
ਅੱਛਾ ਜਦ ਹੱਲੇ ਪਏ ਤੁਸੀਂ ਇੱਥੇ ਮੁੱਲਾਂਪੁਰ ਸੋਢੀਆਂ ਰਹਿੰਦੇ ਤੇ ਪਿੰਡ ਤੁਹਾਡਾ ਇਹੀ ਤਾਂ ਤੇ ਮਾਣਕਪੁਰ ਸ਼ਰੀਫ ਦਾ ਟੀਚਰ ਜਿਹੜਾ ਸੀਗਾ ਉਹ ਕਿੱਥੇ ਆਉਂਦਾ ਸੀ ਪੜ੍ਹਾਉਣ ਦਸਾਰ ਨੇ ਪੜ੍ਹਾਉਣਾ ਹੁੰਦਾ ਸੀਗਾ ਨਾਲ ਹੀ ਪਿੰਡ ਜਿਹੜਾ ਪੈਦਲ ਆਉਣਾ ਪੈਦਲ ਜਾਣਾ ਦੇਖ ਲਓ ਮੁੱਲਾਂਪੁਰ ਉੱਥੇ ਤੋਂ ਪੈਦਲ ਆਉਂਦਾ ਤਾਂ ਪੈਦਲ ਦਸਾਰਨੇ ਤੱਕ ਪੈਦਲ ਆਉਂਦਾ ਤਾਂ ਪੈਦਲ ਮਾਣਕਪੁਰ ਸ਼ਰੀਫ ਤੋਂ ਖਾਸਾ ਦੂਰ ਹੈ ਤਾਂ ਦੂਰ ਹੈ ਅੱਛਾ ਉੱਚਾ ਲੰਬਾ ਸੋਹਣਾ ਜਵਾਨ ਅਬਦੁਲ ਗਨੀ ਬਹੁਤ ਸੋਹਣੇ ਖਾਲਾ ਅੱਛਾ ਹੋਰ ਵੀ ਜਿਹੜੇ ਤੁਹਾਡੇ ਨਾਲ ਪੜ੍ਹਦੇ ਤੇ ਬੱਚੇ ਮੁਸਲਮਾਨਾਂ ਦੇ ਬੱਚੇ ਵੀ ਸੀਗੇ ਨਹੀਂ ਮੁਸਲਮਾਨਾਂ ਦਾ ਬੱਚਾ ਨਹੀਂ ਦੱਸਦੇ ਅਸੀਂ ਹਫ਼ਤਾ ਕੁ ਗਏ ਸਕੂਲ ਹਾਂ ਅਜੇ ਮੈਂ ਨੌ ਪੌਣਾ ਸਿੱਖਿਆ ਤਾ ਆਪਣਾ ਉਰਦੂ ਵਿੱਚ ਹਾਂ ਤਾਂ ਫਿਰ ਜਦੇ ਮਾਸਟਰ ਨੇ ਕਿਹਾ ਵੀ ਬਿਸ਼ਬੇ ਨੂੰ ਨਾ ਆਇਓ ਫਿਰ ਮੁਸਲਮਾਨ ਤਾਂ ਅੱਛਾ ਉਦੋਂ ਰੌਲਾ ਹੋ ਗਿਆ ਤਾ ਉਹ ਮੁਸਲਮਾਨ ਤਾਂ ਫਿਰ ਚਲੇ ਗਏ ਫਿਰ ਬਾਅਦ ਵਿੱਚ ਪਤਾ ਨਹੀਂ ਸਾਲ ਬਾਅਦ ਪਤਾ ਨਹੀਂ 6 ਮਹੀਨੇ ਬਾਅਦ ਲੱਗੇ ਪੰਜ ਅੱਛਾ ਆਪਣਾ ਪਿੰਡ ਜਿਹੜਾ ਮੁੱਲਾਂਪੁਰ ਸੋਢੀਆਂ ਹੈ ਇਹਦੇ ਵਿੱਚ ਵੀ ਮੁਸਲਮਾਨ ਪਰਿਵਾਰ ਸੀਗੇ ਹਾਂ ਮੁਸਲਮਾਨ ਪਰਿਵਾਰ ਵੰਡ ਵੇਲੇ ਹਾਂ ਮੁਸਲਮਾਨਾਂ ਦਾ ਪਿੰਡ ਸੀ ਇਹਦੇ ਵਿੱਚ ਮੁਸਲਮਾਨ ਅਤੇ ਪਸ਼ੀਰ ਕਿਹੜੇ ਪਸ਼ੀਰ ਕਹਿੰਦੇ ਪਸ਼ੀਰ ਪਸ਼ੀਰ ਹਾਂ ਪਸ਼ੀਰ ਪਖੀਰ ਪਖੀਰ ਹਾਂ ਤੇਲੀ ਤੇਲੀ ਅੱਛਾ ਦੁਬਈ ਕਿਆ ਕਹਿੰਦੇ ਦੱਗੇ ਵੀ ਕੋਈ ਬਦਮ ਢੋਲ ਦਾ ਬਦਾਈ ਭਰਾਈ 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 ਅੱਛਾ ਭਰਾਈ ਪਰਿਵਾਰ ਕਮਾਰ ਅਤੇ ਭਾਂਡੇ ਬਣਾਉਣੇ ਇੱਕ ਆ ਉਹ ਵੀ ਤੇ ਪਰਿਵਾਰ ਉਹਨਾਂ ਦੇ ਤੁਹਾਨੂੰ ਨਾਂ ਯਾਦ ਹੈ ਕਿਸੇ ਦੇ ਨਹੀਂ ਕਮਾਰੀ ਦਾ ਨਾਂ ਹੈ ਬੁੜੀ ਹੁੰਦੀ ਸੀ ਜਿਉਣੀ ਜੁਗਣੀ ਜਿਉਣੀ 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 ਹਾਂ ਉਹਦਾ ਬੁੜੀ ਦਾ ਨਾਂ ਯਾਦ ਹੈ ਜਿਉਣੀ ਦਾ ਅੱਛਾ ਉਹ ਘਮਿਆਰੀ ਸੀ ਉਹ ਕਿੱਦਾਂ ਯਾਦ ਰਹਿ ਗਿਆ ਤੁਹਾਨੂੰ ਨਾਂ ਬਹੁ ਕੁਦਰਤੀ ਚੇਤੇ ਵਿੱਚ ਵੱਸ ਗਿਆ ਅੱਛਾ ਅਤੇ ਉਹ ਉਹਨਾਂ ਦੇ ਜਿਹੜੇ ਮੁਸਲਮਾਨਾਂ ਦੇ ਮੁੰਡੇ ਬੱਚੇ ਵੀ ਤਾਂ ਨਿਆਣੇ ਤੁਹਾਡੇ ਉਮਰ ਦੇ ਵੀ ਤਾਂ ਹੋਣੇ ਪਿੰਡ ਦੇ ਉਹਨਾਂ ਦਾ ਕਿਸੇ ਦਾ ਨਹੀਂ ਨਾਂ ਯਾਦ ਨਹੀਂ ਪੱਕਾ ਨਾ ਹੋਵੇ ਕਿਸੇ ਦਾ ਯਾਦ ਨਹੀਂ ਕੱਚਾ ਹੀ ਯਾਦ ਹੋਵੇ ਕੱਚਾ ਨਹੀਂ ਯਾਦ ਇੱਕ ਬੰਦਾ ਆਇਆ ਤਾ ਮੁੜ ਕੇ ਸਾਡਿਆਂ ਦੇ ਬਾਅਦ ਅੱਛਾ ਪਾਕਿਸਤਾਨ 'ਤੇ ਅੱਛਾ ਉਹ ਅੱਛਾ ਰਹਿ ਕੇ ਗਿਆ ਥੋੜ੍ਹਾ ਜਿਹਾ ਇੱਕ ਮੁਸਲਮਾਨ ਹੈ ਵਜ਼ੀਰ ਦਾ ਉਹਦਾ ਨਾਮ ਵਜ਼ੀਰ ਅੱਛਾ ਤੇਲੀ ਦਾ ਉਹ ਵਜ਼ੀਰ ਤੇਲੀ ਹਾਂ ਉਹ ਫੌਜ ਵਿੱਚ ਨਾਂ ਕਟਾ ਕੇ ਆਇਆ ਤਾ ਅੱਛਾ ਫਿਰ ਉਹ ਵੀ ਸੁਨੱਖਾ ਬਹੁਤ ਆ ਅੱਛਾ ਜਵਾਨ ਵੀ ਦਾ ਸੁਨੱਖਾ ਵੀ ਬਹੁਤ ਤੁਹਾਡੇ ਪਿੰਡ ਦਾ ਹੀ ਤਾਂ ਹਾਂ ਸਾਡੇ ਪਿੰਡ ਦਾ ਅੱਛਾ ਫਿਰ ਹੁਣ ਆਪਣੇ ਘਰਦਿਆਂ 'ਤੇ ਅੱਡ ਹੋਣੇ ਵਾਸਤੇ ਥਾਂ ਪਾਇਆ ਆਪਣਾ ਅੱਛਾ ਅਲੱਗ ਅੱਛਾ ਥਾਂ ਪਾ ਕੇ ਆਪਣੇ ਤਿਆਰੀ ਤਿਊਰੀ ਕਰਦੇ ਤੇ ਜੇ ਸਾਹਮਣੇ ਇੰਨੇ ਨੂੰ ਹੁੰਦੇ ਤਾਂ ਰਹੇ ਸਨੀ ਦੇ ਥੋਂ ਵਿੱਚ ਉਹ ਫਿਰ ਉਹਦੇ ਮਨ ਦੇ ਵਿੱਚ ਪਹਿਲਾਂ ਉਹਦੀ ਸਲਾਹ ਦੀ ਵੀ ਮੈਂ ਇੱਧਰ ਹੀ ਰਹਿ ਜਾਣਾ ਅੱਛਾ ਫਿਰ ਪਤਾ ਨਹੀਂ ਕਿਆ ਉਹਦੇ ਮਨ ਦੇ ਵਿੱਚ ਇੱਧਰ ਚਲੇ ਗਏ ਪਾਕਿਸਤਾਨ ਚਲਾ ਗਿਆ ਹਾਂ ਫਿਰ ਮੁੜ ਕੇ ਇੱਕ ਦੋ ਬੰਦੇ ਆਏ ਉਹਦੇ ਮਿਲਣ ਬਾਕੀ ਫਿਰ ਕੋਈ ਨਹੀਂ ਆਇਆ ਹੁਣ ਤਾਂ ਰਿਹਾ ਹੀ ਨਹੀਂ ਹੁਣ ਉਹ ਜਿਹੜੇ ਮਿਲਣ ਆਇਆ ਤਾਂ ਮੁੜ ਕੇ ਉਹ ਪਿੰਡ ਦੇ ਹੀ ਬੰਦਾ ਤਾਂ ਹੈ ਕਿੰਨੇ ਕੁ ਸਾਲਾਂ ਬਾਅਦ ਆਇਆ ਤਾਂ ਉਹ ਇੰਨਾ ਨਹੀਂ ਹੁਣ ਯਾਦ ਇੰਨਾ ਯਾਦ ਵੀ ਆਇਆ ਤਾਂ ਤੁਸੀਂ ਦੇਖਿਆ ਉਹਨੂੰ ਜਦੋਂ ਆਇਆ ਉਹ ਕਾਕਾ ਦਾ ਉਹਦਾ ਨਾਮ ਕਾਕਾ ਉੱਥੇ ਕਿੱਥੇ ਜਾ ਕੇ ਵਸਿਆ ਤਾਂ ਕੁਛ ਪਤਾ ਹੈ ਉੱਥੇ ਡੇਰੇ ਪਖੀਰ 'ਤੇ ਹਾਂ ਉਹਨਾਂ ਵਿੱਚ ਕੁਛ ਨਾ ਵਸ ਗਏ ਨਨਕਾਣਾ ਸਾਹਿਬ ਹਾਂ ਨਨਕਾਣਾ ਸਾਹਿਬ ਪਿੰਡ ਆ ਗਿਆ ਅੱਛਾ ਹੋਰ ਪਿੰਡਾਂ ਵਿੱਚ ਮਤਲਬ ਚਲੇ ਗਏ ਅੱਛਾ
ਉਹਨਾਂ ਨੂੰ ਪਿੰਡ ਵਾਲਿਆਂ ਨੇ ਕਿੱਦਾਂ ਦਾ ਉਹਨਾਂ ਨਾਲ ਵਿਵਹਾਰ ਕਰਿਆ ਜਦੋਂ ਹੱਲੇ ਹੋਏ ਸ਼ੁਰੂ? ਪਿੰਡ ਵਾਲਿਆਂ ਨੇ ਵਿਵਹਾਰ ਠੀਕ ਹੀ ਕਰਿਆ। ਇੱਥੇ ਕੈਂਪ ਲੱਗ ਗਏ ਤੇ ਕਿੱਥੇ? ਖਾਲਸਾ ਸਕੂਲ ਦੇ ਵਿੱਚ। ਹਾਂ, ਲੱਗ ਗਿਆ ਤਾਂ ਖਾਲਸਾ ਸਕੂਲ ਦੇ ਵਿੱਚ ਜਾ ਕੇ ਜਦੋਂ ਕਈ ਕਈ ਪਿੰਡਾਂ ਦੇ ਮੁਸਲਮਾਨ ਇਕੱਠੇ ਹੋ ਗਏ। ਹਾਂ, ਕਿੱਧਰ ਜਬਰਹੇੜਾ ਪਿੰਡ ਉੱਥੇ ਲੱਗ ਗਿਆ। ਕਿਹੜਾ ਪਿੰਡ? ਜਬਰਹੇੜਾ। ਜਬਰਹੇੜਾ, ਹਾਂ। ਹਰ ਸ਼ਾਲ ਇੱਕ ਫਿਰ ਸਿੰਘਰਾਣਾ ਪਿੰਡ ਉੱਥੇ ਲੱਗ ਗਿਆ। ਕਿੱਥੇ? ਸਿੰਘਰਾਣਾ। ਸਿੰਘਰਾਣਾ, ਸਿੰਘਰਾਣਾ। ਅੱਛਾ, ਉੱਥੇ ਲੱਗਿਆ ਕੈਂਪ। ਕਈ ਸਮ ਕੈਂਪ ਲੱਗ ਗਏ ਮੁਸਲਮਾਨਾਂ ਦੇ, ਬਾਣੀਪੁਰ ਸ਼ਰੀਫ ਵੀ ਲੱਗਿਆ ਪਤਾ। ਹਾਂ, ਔਰ ਜਿਹੜੇ ਪਿੰਡ ਵਾਲੇ ਤੁਹਾਡੇ ਸੀਗੇ ਮੁਸਲਮਾਨ ਇਕੱਠੇ ਹੋ ਕੇ ਚਲੇ ਗਏ ਹੈ। ਹਾਂ, ਫਿਰ ਤੁਸੀਂ ਉਹਨਾਂ ਨੂੰ ਤੰਗ ਨਹੀਂ ਕਰਿਆ ਕਿਸੇ ਨੇ ਇੱਥੇ? ਨਾ, ਉਹਦਾ ਸਾਰੇ ਪਿੰਡ 'ਤੇ ਤੰਗ ਨਹੀਂ ਕਰਿਆ। ਹਾਂ, ਕੁਛ ਲੋਕ ਤਾਂ ਬਾਹਰ ਦੇ ਆ ਕੇ ਡਰਾਉਂਦੇ ਡਰੂੰਦੇ ਅਤੇ ਉਸ ਟਾਈਮ ਇਹੋ ਜਿਹਾ ਤਾਂ ਸਭ। ਆਪਣੇ ਮੁੱਲਾਂਪੁਰ ਸੋਢੀਆਂ ਮਸੀਤ ਵੀ ਸੀ? ਨਹੀਂ, ਮਸੀਤ ਨਹੀਂ ਸੀ ਹੈਗੀ। ਅੱਛਾ, ਉਹ ਤੁਸੀਂ ਦੱਸਿਆ ਵੀ ਪਰਿਵਾਰ ਤਾਂ ਖਾਸੇ ਸੀ ਮੁਸਲਮਾਨ ਰਹਿੰਦੇ, ਅਤੇ ਕਿਆ ਸੀ ਪਿੰਡ 'ਚ? ਗੁਰਦੁਆਰਾ ਸੀ, ਮੰਦਰ ਸੀ, ਕਿਆ ਸੀ ਉਸ ਟਾਈਮ? ਗੁਰਦੁਆਰਾ ਵੀ ਨਹੀਂ ਸੀ ਨਾ ਮੰਦਰ ਦਾ ਕੋਈ, ਬਸ ਜਿਹੜੇ ਇਤਿਹਾਸ ਵਿੱਚ ਗੁਰਦੁਆਰੇ ਵਿੱਚ ਕਿਸੇ ਨੇ ਜਾਣਾ ਪਿੱਠੇ ਸਾਹਿਬ ਗੁਰਦੁਆਰਾ ਹੋ ਗਿਆ, ਉੱਥੇ ਚਲੇ ਗਏ। ਅੱਛਾ, ਹੋਰ ਲਾਗ ਪਿੰਡਾਂ ਦੇ ਚਲੇ ਗਏ। ਜਿਹੜੇ ਅੱਜ ਕੱਲ੍ਹ ਪ੍ਰੋਗਰਾਮ ਹੁੰਦੇ, ਇੰਨੇ ਪ੍ਰੋਗਰਾਮ ਨਹੀਂ ਦਿਨ 'ਚ ਜ਼ਿਆਦਾ ਹੁੰਦੇ, ਕੋਈ ਮਨਾਏ ਕਰਦੇ ਕੋਈ ਤਿਉਹਾਰ, ਬਾਕੀ ਇੰਨਾ ਨਹੀਂ ਕਰਦਾ। ਅੱਛਾ, ਰੱਬ ਦੇ ਨੇੜੇ ਸੀ ਪਰ ਰੱਬ ਦੇ ਥਾਂ ਘੱਟ ਸੀ? ਥਾਂ ਘੱਟ ਸੀ ਹੈ। ਰੱਬ ਅਟੁੱਟ ਵਿਸ਼ਵਾਸ ਤਾਂ ਜਿਹੜੇ ਬਜ਼ੁਰਗ ਤੇ ਨਾ, ਹਾਂ, ਉਹਨਾਂ ਦਾ ਬਹੁਤ ਅਤਬਾਰ ਤਾਂ ਪਰਮਾਤਮਾ ਦਾ। ਅੱਛਾ, ਉਹ ਹਰ ਟਾਈਮ ਪਰਮਾਤਮਾ ਦੇ ਭਾਣੇ ਨੂੰ ਮੰਨਦੇ ਸੀ। ਅੱਛਾ, ਭਾਵੇਂ ਉਹ ਕਿਸੇ ਵੀ ਧਰਮ ਦੇ ਸੀ? ਕਿਸੇ ਧਰਮ ਦੇ ਹਾਂ। ਬਾਕੀ ਉਹ ਮਤਲਬ ਪਿੰਡ ਵਿੱਚ ਫਿਰ ਧਾਰਮਿਕ, ਨਾ ਤਾਂ ਤੁਸੀਂ ਦੱਸਿਆ ਵੀ ਉਸ ਵੇਲੇ ਮੰਦਰ ਸੀ, ਨਾ ਗੁਰਦੁਆਰਾ ਸੀ, ਤੇ ਨਾ ਹੀ ਮਸੀਤ ਸੀ, ਪਰ ਲੋਕ ਰੱਬ ਦੇ ਨੇੜੇ ਸੀ ਤੁਸੀਂ ਦੱਸਦੇ? ਹਾਂ, ਇੱਕ ਮਾਰੀ ਸੀ ਗੁੱਗਾ ਮਾਰੀ। ਅੱਛਾ, ਉੱਥੇ ਮੱਥਾ ਟੇਕੇ ਸਾਲ ਬਾਅਦ ਉਹ ਸਾਰੇ ਟੇਕਦੇ ਸੀ ਉੱਥੇ ਮੱਥਾ? ਹਾਂ, ਮੁਸਲਮਾਨ ਵੀ ਟੇਕਦੇ ਤੇ ਮੁਸਲਮਾਨ ਵੀ ਟੇਕਦੇ ਤੇ। ਅੱਛਾ, ਫਿਰ ਇੱਕ ਪੀਰਖਾਨਾ, ਪੀਰ ਦਾ ਲਾਲਾਂ ਦੇ ਪੀਰ ਦਾ, ਉਹ ਇੱਥੇ ਆਪਣੇ ਪਿੰਡ 'ਚ ਹੁਣ ਵੀ ਹੈਗਾ ਸਥਾਨ? ਉਹ ਆ ਨੇੜੇ ਹੀ ਹੈ। ਹਾਂ, ਇਹ ਸੀਗਾ ਹੁੰਦਾ ਭਾਬਿਆ ਉਸ ਟਾਈਮ ਕੱਚਾ ਦਾ। ਅੱਛਾ, ਹੁਣ ਇੱਥੇ ਕੋਈ ਹੈ ਹੁਣ ਮੁਸਲਮਾਨ ਪਰਿਵਾਰ ਹੈਗੇ? ਨਹੀਂ, ਮੁਸਲਮਾਨ ਪਰਿਵਾਰ ਕੋਈ ਨਹੀਂ ਇੱਥੇ। ਫਿਰ ਦੀਵਾ ਬੱਤੀ ਹੁੰਦਾ? ਦੀਵਾ ਬੱਤੀ ਕਰਦਾ ਇੱਕ ਪਹਿਲਾਂ ਫੌਜੀ ਦਾ ਰਿਟਾਇਰ, ਉਹ ਕਰਦਾ ਤਾ। ਕਿਆ ਨਾਂ ਸੀ ਉਹਦਾ? ਫੁੱਲਾ ਸਿੰਘ। ਫੁੱਲਾ ਸਿੰਘ, ਅੱਛਾ, ਉਹਦਾ ਮੁੰਡਾ ਕਰਦਾ। ਉਹਦਾ ਹੀ ਮੁੰਡਾ ਕਰਦਾ ਹੁਣ? ਫੁੱਲਾ ਸਿੰਘ ਚਲ ਗਿਆ। ਫੁੱਲਾ ਸਿੰਘ ਮਰ ਗਿਆ। ਮਰ ਗਿਆ। ਅੱਛਾ, ਪੀਰਖਾਨਾ ਅਜੇ ਵੀ ਹੈਗਾ ਮੁੱਲਾਂਪੁਰ ਸੋਢੀਆਂ ਦਾ? ਦੇਖੀਏ ਜਰਾ ਆਪਾਂ ਮਾੜਾ ਜਿਹਾ ਚੱਲ ਕੇ ਕਿੱਥੇ ਗਏ। ਆ ਜਾਓ, ਆ ਜਾਓ। ਹਰਚੰਦ ਸਿੰਘ ਜੀ ਮੁੱਲਾਂਪੁਰ ਸੋਢੀਆਂ ਪਿੰਡ ਪੀਰਖਾਨਾ ਦੱਸ ਰਹੇ ਨੇ ਇੱਥੇ। ਇਹ 47 ਵੇਲੇ ਦਾ ਹੀ ਹੈ। ਹਾਂਜੀ, ਹਰਚੰਦ ਸਿੰਘ ਜੀ, ਇਹ 47 ਤੋਂ ਪਹਿਲਾਂ ਦਾ, 47 ਤੋਂ ਪਹਿਲਾਂ ਦਾ ਪੀਰਖਾਨਾ। ਅੱਛਾ, ਇਹ ਲੈ ਕੇ ਚੱਲੇ ਨੇ ਜੀ ਸਾਨੂੰ ਪੀਰਖਾਨਾ ਦਿਖਾਉਣ ਚੱਲੇ ਨੇ। ਫੌਜ ਦੇ ਵਿੱਚ ਡਿਊਟੀ ਕੀਤੀ ਹੈ, ਹੁਣ ਤਾਂ ਬਿਰਧ ਹੋ ਗਏ ਨੇ। ਔਰ 86 ਕੁ ਸਾਲ ਦੀ ਉਮਰ ਦੱਸੀ ਤੁਸੀਂ? ਹੈਂ? ਅੱਛਾ, ਆਹ ਹੈ ਪੀਰਖਾਨਾ ਹੈ, ਇਸ 'ਤੇ ਅਗਲਾ। ਇਹ ਕਿਆ ਚੀਜ਼ ਹੈ? ਇਹ ਬਾਬੇ ਦਰਗਾਹ, ਇਹ ਲਾਲਾਣੇ ਪੀਰ ਦੀ ਦਰਗਾਹ ਹੈ। ਅੱਛਾ, ਉਹੀ ਪੀਰਖਾਨਾ ਕਹਿੰਦੇ।
ਅੱਛਾ, ਇਸੇ ਨੂੰ ਪੀਰਖਾਨਾ ਕਹਿ ਦਿੰਦੇ ਆ। ਨਾਲ ਤਲਾ ਹੈ ਟੋਬਾ। ਵਾਹ ਜੀ ਵਾਹ। ਮੁੱਲਾਂਪੁਰ ਸੋਢੀਆਂ ਦਾ ਜਿਹੜਾ ਹੈ 1947 ਤੋਂ ਵੀ ਪਹਿਲਾਂ ਦਾ ਜਿਹੜਾ ਪੀਰਖਾਨਾ ਹੈ ਜੀ, ਆ ਤੁਹਾਨੂੰ ਮੈਂ ਦਿਖਾ ਰਿਹਾ। ਔਰ ਲਾਲਾਂ ਵਾਲਾ ਪੀਰ ਵੀ ਇਸਨੂੰ ਕਹਿ ਦਿੰਦੇ ਜੀ, ਅਤੇ ਪੀਰਖਾਨਾ ਵੀ ਇਸਨੂੰ ਕਹਿ ਦਿੰਦੇ ਆ। ਅਗਲੇ ਪਾਸੇ ਤੋਂ ਅੰਦਰ ਜਾਣ ਨੂੰ ਰਾਹ ਕਿੱਧਰੋਂ ਛੱਡਿਆ? ਉੱਥੇ ਤਾਂ ਹੀ ਆ। ਅੱਛਾ, ਇੱਥੇ ਦਰਵਾਜ਼ਾ ਲੱਗਿਆ ਹੋਇਆ। ਆ ਲੱਗਿਆ ਜੀ ਗੇਟ। ਦੇਖੋ ਜੀ, 47 ਤੋਂ ਵੀ ਪਹਿਲਾਂ ਦਾ ਇਹ ਪੀਰਖਾਨਾ ਪਿੰਡ ਮੁੱਲਾਂਪੁਰ ਸੋਢੀਆਂ ਜ਼ਿਲ੍ਹਾ ਮੋਹਾਲੀ ਨੇੜੇ ਸ਼ਹਿਰ ਕੁਰਾਲੀ। ਪਹਿਲਾਂ ਕੱਚਾ ਸੀ ਇਹ, ਸਾਰਾ ਕੱਚਾ ਹੁੰਦਾ ਤਾ। ਹਰਚੰਦ ਸਿੰਘ ਜੀ ਕਹਿੰਦੇ ਜੀ ਪਹਿਲਾਂ ਕੱਚਾ ਸੀਗਾ ਇਹ। ਆ ਨਾਲ ਟੋਬਾ ਜੀ, ਇਹਦੇ ਨਾਲ ਹੀ ਇਸ ਦੇ ਆ ਤੁਸੀਂ ਦੇਖ ਪਾ ਰਹੇ ਹੋ ਟੋਬਾ ਹੈ। ਔਰ ਟੋਬੇ ਦੇ ਕੰਢੇ 'ਤੇ ਹੀ ਨਾਲ ਹੀ ਇੱਥੇ ਪੀਰਖਾਨਾ ਹੈ। ਲਓ ਜੀ ਕਰੋ ਦਰਸ਼ਨ। ਅੱਛਾ, ਇੱਥੇ ਦੀ ਫਿਰ ਸੇਵਾ ਸੰਭਾਲ ਹੁਣ ਕਰਦੇ ਨੇ ਉਹ ਫੁੱਲਾ ਸਿੰਘ ਦਾ ਮੁੰਡਾ। ਇਹ ਬੈਠੇ ਜਿਹੜੇ ਕੌਣ ਹੈ? ਇਹ ਪਿੰਡ ਦਾ ਬੰਦਾ ਹੈ। ਇਸੇ ਪਿੰਡ ਦਾ? ਇਸੇ ਪਿੰਡ ਦੇ ਬੰਦੇ ਆ। ਇਹ ਵੀ ਇੱਥੇ ਸੇਵਾ 'ਤੇ ਆਉਂਦੇ ਆ? ਊਂ ਬੈਠ ਜਾਂਦੇ ਆ ਕੇ। ਅੱਛਾ ਅੱਛਾ, ਤੁਸੀਂ ਵੀ ਇੱਥੇ ਆਉਂਦੇ ਹੋ ਸੇਵਾ ਕਰਦੇ ਹੋ ਇੱਥੇ? ਕਿਆ ਨਾਂ ਕਿਆ ਤੁਹਾਡਾ? ਹੈ ਅਮਨਿੰਦਰ ਸਿੰਘ। ਅੱਛਾ, ਸੇਵਾ ਕਰਦੇ ਇੱਥੇ? ਹੈ ਕਿਆ ਕੁਛ ਕਰਦੇ ਆ? ਝਾੜੂ ਪੋਚਾ ਵੀ ਕਰਦੇ ਜੀ। ਅੱਛਾ, ਮਾਤਾ ਨਾਲ ਵੀ ਆਉਂਦੇ ਮੇਰੇ ਘਰੇ। ਤੁਹਾਡੇ ਮਾਤਾ ਜੀ ਵੀ ਆਉਂਦੇ ਆ? ਅੱਛਾ, ਅਤੇ ਇਹ ਕਿਆ ਮਾਨਤਾ ਇਹਨਾਂ ਦੀ ਹੈ? ਪੀਰਾਂ ਦੀ ਕਿਆ ਮਾਨਤਾ ਹੈ ਇਹਨਾਂ ਦੀ? ਕਿੱਦਾਂ ਜੀ, ਕਿੱਦਾਂ ਮੰਨਦੇ ਲੋਕ ਇਹਨਾਂ ਨੂੰ, ਕਿਸ ਨਾਂ ਤੋਂ? ਇਹ ਲਾਲ ਵਾਲੇ ਪੀਰ ਕਹਿੰਦੇ ਜੀ ਇਹਨਾਂ ਨੂੰ। ਅੱਛਾ, ਇਹਨਾਂ ਦਾ ਕੋਈ ਇਤਿਹਾਸ ਵੀ ਕਿਤੇ ਲਿਖਿਆ ਹੋਇਆ? ਪਤਾ ਨਹੀਂ, ਇਤਿਹਾਸ ਤਾਂ ਪਤਾ ਨਹੀਂ। ਤੈਨੂੰ ਨਹੀਂ ਪਤਾ ਇਤਿਹਾਸ? ਹਰਚੰਦ ਸਿੰਘ, ਇਤਿਹਾਸ ਵੀ ਹੈ ਕੋਈ ਇਹਦਾ ਪਤਾ? ਮੁਲਤਾਨ ਵਿੱਚ ਬੜਾ ਡੇਰਾ, ਮੁਲਤਾਨ ਵਿੱਚ ਪਾਕਿਸਤਾਨ 'ਚ, ਉੱਥੇ ਬੜਾ ਡੇਰਾ ਇਹਨਾਂ ਦਾ ਹੀ? ਲਾਲਾਂ ਵਾਲੇ ਪੀਰ ਦਾ। ਅੱਛਾ ਅੱਛਾ ਅੱਛਾ, ਦਰਗਾਹ ਜਿਹੜੀ ਹੈ ਇਹਨਾਂ ਨੂੰ ਪਤਾ ਹੋਊਗਾ? ਕਿਆ ਹਾਲ ਹੈ ਪੁੱਤ? ਆ ਜਾ, ਠੀਕ ਠਾਕ ਹੈ? ਕੋਈ ਇੱਥੋਂ ਦਾ ਇਤਿਹਾਸ ਵੀ ਪਤਾ ਕੁਛ? ਇਤਿਹਾਸ ਬਾਰੇ ਮਤਲਬ ਕਦੋਂ ਦਾ ਹੈ, ਕਿਹੜੇ ਪੀਰ ਹੈ ਇਹ? ਲੱਖ ਦਾ ਪੀਰ ਹੈ ਜੀ ਬਾਬਾ ਜੀ। ਹਾਂ,
ਇਹਨਾਂ ਦਾ ਇਤਿਹਾਸ ਪੁੱਛਣਾ ਜਿਹੜੇ ਭਗਤ ਆਈ ਉਹਨੇ ਆਪਣੇ ਪਿੱਛੇ ਹੀ ਆਪਣੇ ਘਰ ਉਹਨਾਂ ਦੇ ਚਾਚਾ ਜੀ ਲੱਗਦੇ ਸਾਡੇ। ਅੱਛਾ ਹਾਂਜੀ ਉਹਨਾਂ ਨੂੰ ਸੱਦ ਲੈਂਦੇ ਜੀ। ਤੁਸੀਂ ਵੀ ਕਰਦੇ ਸੇਵਾ ਇੱਥੇ? ਨਹੀਂ ਉਹਨਾਂ ਹੀ ਉਹੀ ਕਰਦੇ ਜੀ ਭਗਤ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ ਜੀ, ਹੁਣ ਗਿਆਨ ਤਾਂ ਕੁਛ ਨਹੀਂ ਹੁੰਦਾ। ਤੁਸੀਂ ਨਵੇਂ ਬਜ਼ੁਰਗ ਹੈ ਕਿ ਅਜੇ ਹੋਏ ਨਹੀਂ ਬਜ਼ੁਰਗ? ਹਾਲੇ ਕਿਤੇ ਬਜ਼ੁਰਗ ਹੋਏ ਹਨ, 60 ਸਾਲ ਦੀ ਉਮਰ ਹੋਈ ਹੈ ਸਾਰੀ। ਅਖਬਾਰ ਅਖਬਾਰ ਪੜ੍ਹੀ ਹੈ। ਠੀਕ ਠਾਕ ਹੋ? ਹਾਂਜੀ। ਅੱਛਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ? ਹਾਂਜੀ ਹਾਂਜੀ। ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਨਰਿੰਦਰਪਾਲ ਸਿੰਘ। ਨਰਿੰਦਰਪਾਲ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਂਜੀ, ਤੁਹਾਡਾ ਪਿੰਡ ਆਏ ਸੀ? ਹਾਂ, ਬਸ ਘੁੰਮਦੇ ਘੁੰਮਦੇ ਆ ਗਏ ਸੀ। ਹਰਚੰਦ ਸਿੰਘ ਜੀ ਮਿਲ ਗਏ ਬਾਹਰ, ਉਹਨਾਂ ਨਾਲ ਗੱਲਬਾਤ ਕਰੀ ਹੈ। ਠੀਕ ਹੈ ਹਰਚੰਦ ਸਿੰਘ ਜੀ, ਸ਼ੁਕਰੀਆ, ਮਿਹਰਬਾਨੀ। ਫਿਰ ਕਿਸੇ ਦਿਨ ਵੱਖਰਾ ਆ ਕੇ ਨਾ ਕਵਰ ਕਰਕੇ ਦਾ ਵਲੌਗ ਪੂਰਾ ਬਣਾਵਾਂਗੇ।